ਇਹਦਾ ਨਾਂ ਹੈਗਾ ਹੈ ਕੀੜੂ ਰਾਮ। ਅੱਛਾ, ਤੇ ਪਹਿਲਾਂ ਕੁਛ ਹੋਰ ਨਾਂ ਸੀ ਇਹਦਾ? ਪਹਿਲਾਂ ਇਹਦਾ ਨਾਂ ਸੁਲੇਮਾਨ ਸੀ, ਹੁਣ ਕੀੜੂ ਰਾਮ ਹੈ। ਜਦ ਹਿੰਦੁਸਤਾਨ ਪਾਕਿਸਤਾਨ ਬਣਿਆ ਉਦੋਂ ਫਿਰ ਇਹਦਾ ਨਾਂ ਇੱਧਰ ਹਿੰਦੂਆਂ ਦਾ ਬਣ ਗਿਆ ਹੈ, ਬਈ ਜਿਹੜਾ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ, ਜਿਹੜਾ ਰਹਿਣਾ ਚਾਹੁੰਦਾ ਰਹਿਣਾ ਚਾਹੁੰਦਾ ਲੁਕ ਛਿਪ ਕੇ ਰਹਿ ਸਕਦਾ ਹੈ। ਅੱਛਾ, ਬਈ ਇੱਥੇ ਮਾਰ ਦੇਣ ਦਾ ਸਾਰੇ ਇਕੱਠੇ ਹੋ ਕੇ, ਜਦ ਫਿਰ ਸਿੱਖਾਂ ਨੇ ਹਮਲਾ ਕਰਤਾ ਇਹਨਾਂ ਪਰ। ਅੱਛਾ, ਉੱਥੇ ਕੈਂਪ ਤੇ? ਹਾਂ, ਕੈਂਪ ਤੇ। ਅੱਛਾ, ਜਿੱਥੇ ਇਕੱਠੇ ਹੋਏ ਤੇ ਉਹਦੇ ਵਿੱਚ ਇਹਨਾਂ ਦੇ ਕਈ ਜੀ ਮਾਰੇ ਗਏ। ਕਿਹਨਾਂ ਦੇ? ਇਹ ਸਾਡੇ ਪਿੰਡ ਵਾਲਿਆਂ ਦੇ। ਪਿੰਡ ਮਨਾਲੀ ਚ ਖੜੇ ਹਾਂ ਅਸੀਂ, ਅਤੇ ਇੱਧਰ ਸੱਜੇ ਹੱਥ ਨੂੰ ਬੱਸੀ ਗੁਜਰਾਂ ਨੂੰ ਸੜਕ ਜਾ ਰਹੀ ਹੈ, ਹਾਂਜੀ, ਇਹਦੀ ਫਿਰਨੀ ਦੇ ਬਾਹਰ ਖੜੇ ਹਾਂ। ਹਾਂਜੀ, ਆਹ ਪਿੰਡ ਮਨਾਲੀ ਹੈ ਜੀ, ਸਾਰਾ ਥਾਣੇ ਸ਼ਹੀਦ ਜੀ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਪਿੰਡ ਮਨੈਲੀ ਤਹਿਸੀਲ ਖਮਾਣੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਬੈਠੇ ਹਾਂ। ਇੱਥੇ ਸਾਡੇ ਇੱਕ ਬਜ਼ੁਰਗ ਨੇ, ਸਰਦਾਰ ਦਲੀਪ ਸਿੰਘ ਜੀ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। 47 ਵੇਲੇ ਦੀਆਂ ਗੱਲਾਂ ਜਾਂ ਉਹਨਾਂ ਦੇ ਟਾਈਮ ਦੀਆਂ ਗੱਲਾਂ ਜਿਹੜੀਆਂ ਨੇ ਪਿੰਡ ਬਾਰੇ ਅੱਜ ਗੱਲਬਾਤ ਕਰਨੀ ਹੈ, ਅਤੇ ਬਾਕੀ ਗੱਲਾਂ ਉਹਨਾਂ ਤੋਂ ਅਸੀਂ ਪੁੱਛਦੇ ਹਾਂ। ਹੁਣ ਤੁਹਾਡਾ ਨਾਂ ਕੀ ਹੈ ਜੀ? ਦਲੀਪ ਸਿੰਘ ਹੈ ਜੀ। ਪਿਤਾ ਜੀ ਦਾ ਨਾਂ? ਆਸਾ ਸਿੰਘ। ਦਾਦਾ ਜੀ ਦਾ? ਮਸਤਾਨ ਸਿੰਘ। ਮਸਤਾਨ ਸਿੰਘ। ਅਤੇ ਆਪਣੀ ਕਿਹੜੀ ਬਰਾਦਰੀ ਕਿਹੜੀ ਆ? ਜੱਟ ਸਿੱਖ। ਗੋਤ ਕੀ ਹੈ? ਧਾਰਨੀ। ਧਾਰਨੀ। ਅੱਛਾ, ਆਪਾਂ ਅੱਜ ਕਿਹੜੇ ਪਿੰਡ ਕਿੱਥੇ ਬੈਠੇ ਹਾਂ, ਕਿਹੜਾ ਪਿੰਡ ਹੈ? ਮਨੈਲੀ ਪਿੰਡ ਹੈ ਜੀ। ਅਤੇ ਇਹ ਕਿਹੜਾ ਜ਼ਿਲ੍ਹਾ ਕਿਹੜਾ ਇਹਦਾ, ਅਤੇ ਤਹਿਸੀਲ ਕਿਹੜੀ ਆ? ਅਤੇ ਇਹਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ, ਤਹਿਸੀਲ ਖਮਾਣੋ ਹੈ ਜੀ। ਅੱਛਾ, ਅਤੇ ਪਹਿਲਾਂ ਜ਼ਿਲ੍ਹਾ ਹੋਰ ਸੀ ਕੋਈ ਇਹਦਾ? ਅੰਗਰੇਜ਼ ਦੇ ਜ਼ਮਾਨੇ 'ਚ ਹਾਂਜੀ ਪਹਿਲਾਂ ਅੰਬਾਲਾ ਜ਼ਿਲ੍ਹਾ ਸੀ। ਅੱਛਾ, ਉਸ ਤੋਂ ਬਾਅਦ ਅੰਗਰੇਜ਼ ਦੇ ਜਾਣ ਤੋਂ ਬਾਅਦ ਹਾਂਜੀ ਫਿਰ ਸਾਡਾ ਰੋਪੜ ਹੋ ਗਿਆ। ਅੱਛਾ ਜੀ, ਰੋਪੜ ਤੋਂ ਬਾਅਦ ਹੁਣ ਅਸੀਂ ਇਹ 14 ਪਿੰਡ ਅੱਛਾ ਰੋਪੜ ਦੇ ਫਤਿਹਗੜ੍ਹ ਸਾਹਿਬ ਨੂੰ ਲਾ ਦਿੱਤੇ। ਅੱਛਾ ਜੀ, ਹੁਣ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਹੈ। ਅੱਛਾ, ਇਹ ਪਿੰਡ ਦੇ ਆਲੇ ਦੁਆਲੇ ਕੋਈ 5-7 ਪਿੰਡਾਂ ਦੇ ਨਾਂ ਦੱਸੋ ਸਾਨੂੰ। ਪਹਿਲਾ ਪਿੰਡ ਸਾਡੇ ਨਾਲ ਰਲਦਾ ਮਿਲਦਾ ਧਨੌਲਾ। ਧਨੌਲਾ, ਹਾਂਜੀ। ਫਿਰ ਉਹਦੇ ਨਾਲ ਸੌਂਸਪੁਰ। ਸੌਂਸਪੁਰ ਸਿੰਘਾਂ। ਅੱਛਾ, ਬੱਸੀ ਗੁਜਰਾਂ। ਬੱਸੀ ਗੁਜਰਾਂ, ਹਾਂਜੀ। ਅੱਛਾ, ਉਹਦੇ ਬਾਅਦ ਰੱਤੋਂ। ਰੱਤੋਂ। ਰੱਤੋਂ ਅਤੇ ਅੱਗੇ ਨਹੀਂ ਫੁਆਰਾ ਛੋਟਾ। ਅੱਛਾ, ਛੋਟੇ ਫੁਆਰੇ ਦੇ ਨਾਲ ਮਨੈਲਾ। ਮਨੈਲਾ ਇਹ ਸਾਡੇ ਨਾਲ ਜਿਹਦਾ ਵਸੀਮਾ ਲੱਗਦਾ ਹੈ। ਅੱਛਾ, ਇਹ ਪਿੰਡ ਨੇ। ਅੱਛਾ ਜੀ, ਹਾਂਜੀ। ਅਤੇ 47 ਵਾਲੇ ਆਪਣੀ ਕਿੰਨੀ ਕੁ ਉਮਰ ਸੀ? ਤਕਰੀਬਨ 16 ਸਾਲ ਉਮਰ ਸੀਗੀ ਮੇਰੀ ਜੀ ਉਦੋਂ। ਅੱਛਾ, ਵੀ ਤੁਹਾਨੂੰ ਸਾਰਾ ਸੰਭਾਲ ਹੈ ਉਸ ਬਾਰੇ ਜਾਣਕਾਰੀ ਹੈਗੀ ਹੈ ਪੂਰੀ। ਅੱਛਾ, 47 ਦੇ ਟਾਈਮ ਇੱਥੇ ਇਸ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸਨ? ਜੱਟ ਸਿੱਖ, ਹਾਂਜੀ, ਔਰ ਮੁਸਲਮਾਨ। ਮੁਸਲਮਾਨ ਕਿਹੜੇ ਜਾਤ? ਮੁਸਲਮਾਨ ਗੁੱਜਰ, ਹਾਂਜੀ, ਤੇਲੀ, ਹਾਂਜੀ, ਔਰ ਭਰਾਈ। ਭਰਾਈ। ਇਹਨਾਂ ਦੇ ਕਿੰਨੇ ਕੁ ਘਰ ਸੀ ਇੱਥੇ? ਇਹ ਭਰਾਈਆਂ ਦੇ ਸੀਗੇ 2 ਘਰ। ਅੱਛਾ, ਤੇਲੀਆਂ ਦਾ ਸੀਗਾ 1 ਘਰ। ਅੱਛਾ, ਤਾਂ ਗੁਜਰਾਂ ਦਾ, ਮੁਸਲਮਾਨਾਂ ਦਾ 1। ਅੱਛਾ, ਅਤੇ ਇਹਨਾਂ ਦੇ ਗੁਜਰਾਂ ਦੇ ਜਿਹੜੇ ਮੁਸਲਮਾਨਾਂ ਦੇ ਵੱਡੇ ਕੋਈ ਵਡੇਰੇ ਸੀ ਜਿਹੜੇ ਉਸ ਟਾਈਮ ਚੌਧਰੀ ਸੀ ਇਹਨਾਂ ਦੇ, ਹਾਂਜੀ, ਉਹਨਾਂ ਦੇ ਨਾਂ ਕੁਝ ਦੱਸੋ। ਇਹਨਾਂ ਦਾ ਸਭ ਤੋਂ ਵੱਡਾ ਵਡੇਰਾ ਥਾ ਮਾਂਝੀ ਗੁਜਰ। ਮਾਂਝੀ, ਹਾਂਜੀ। ਅੱਛਾ, ਗੁਜਰਾਂ ਦਾ। ਅੱਛਾ, ਇਕੱਲਾ ਹੀ ਭਾਈ ਸੀ ਉਹ? ਹਾਂਜੀ, ਉਹ ਇਕੱਲਾ ਹੀ ਤਾ। ਉਹਦੇ ਹੋਰ ਮੁੰਡੇ ਵੰਡੇ? ਉਹਦੇ ਗਾਹਾਂ ਮੁੰਡੇ ਸੀਗੇ, ਹਾਂਜੀ, ਕੰਗਣ। ਅੱਛਾ, ਉਹ ਵੀ ਇੱਕੋ ਤਾ, ਇੱਕ ਉਹ ਲਾਲਦੀਨ। ਲਾਲਦੀਨ, ਹਾਂ, ਉਹ ਚਲਾ ਗਿਆ ਤਾ ਪਾਕਿਸਤਾਨ। ਅੱਛਾ, ਕੰਗਣ ਗੁਜਰ ਇੱਥੇ ਰਹਿ ਗਿਆ ਤਾ। ਅੱਛਾ, ਹਾਂਜੀ, ਉਹਦੇ ਗਾਹਾਂ ਲਾਦ ਸੀਗੀ ਉਸ ਟਾਈਮ ਜਿਹੜੇ ਤੁਹਾਡੀ ਉਮਰ ਦੇ ਸੀ ਬੱਚੇ, ਉਹਨਾਂ ਦਾ ਨਾਂ ਤੁਹਾਨੂੰ ਯਾਦ ਹੈ ਕੋਈ ਉਹਨਾਂ ਮੁਸਲਮਾਨਾਂ ਦੇ? ਹਾਂਜੀ, ਹਾਂਜੀ। ਕਿਹੜੇ ਸੀ? ਚੰਨਣ ਗੁਜਰ। ਅੱਛਾ, ਤੁਹਾਡੇ ਹਾਣੀ ਸੀ? ਹਾਂਜੀ। ਹੋਰ? ਫਕੀਰੀਆ। ਫਕੀਰੀਆ,
ਤੇ ਗੁਜਰਾਂ ਚੋਂ ਸੀ। ਹਾਂਜੀ ਹਾਂਜੀ ਅੱਛਾ। ਉਹਦੇ ਮੁੰਡੇ ਸੀ ਨਾ ਕੰਗਣ ਦੇ। ਕੰਗਣ ਦੇ ਤੁਹਾਡੇ ਹਾਣ ਪਰਵਾਨ? ਹਾਂਜੀ ਹਾਂਜੀ। ਤੇ ਹੋਰ ਦੂਜੇ ਭਰਾਈਆਂ ਚੋਂ? ਭਰਾਈਆਂ ਚੋਂ ਵੱਡਾ ਸੀ ਸਾਡੇ ਨਾਲੋਂ ਪਖੀਰੀਆ। ਅੱਛਾ ਪਖੀਰੀਆ ਹੀ ਤਾਂ। ਤੇ ਦਿੱਤਾ ਉਹਨਾਂ ਦਾ ਬਜ਼ੁਰਗ ਤਾਂ। ਅੱਛਾ ਭਰਾਈਆਂ ਦਾ? ਭਰਾਈਆਂ ਦਾ। ਅੱਛਾ ਦਿੱਤੇ ਦੇ ਮੁੰਡੇ ਤੇ। ਤੇ ਤੇਲੀਆਂ ਚ? ਤੇਲੀਆਂ ਦੇ ਵਿੱਚ ਤੇ ਜਾਮੂ ਤੇ ਮਾਮਦੀਨ। ਅੱਛਾ ਇਹ ਤੁਹਾਡੇ ਉਮਰ ਦੇ ਸੀਗੇ ਵੱਡੇ ਸੀ? ਨਹੀਂ ਵੱਡੇ ਸੀ ਸਾਥ। ਤੁਹਾਡੀ ਉਮਰ ਦੇ ਕੋਈ ਜਾਂ ਤੁਹਾਡੇ ਤੋਂ ਛੋਟੇ? ਸਾਡੀ ਉਮਰ ਦੇ ਮੁੰਡੇ ਤੇ ਉਹਨਾਂ ਦੇ ਬਾਬੂ। ਅੱਛਾ ਤਿਆਲ। ਅੱਛਾ ਇੱਕ ਹੋਰ ਤਾਂ ਗੁਜ਼ਰ ਗਿਆ ਜਿਹੜਾ ਬੋਰ ਕਰਦਾ ਹੁੰਦਾ ਸੀ। ਅੱਛਾ ਹਾਂਜੀ। ਤੇ ਇਸ ਪਿੰਡ 'ਚ ਲੰਬੜਦਾਰ ਕਿੰਨੇ ਸੀ? ਲੰਬੜਦਾਰ ਤਿੰਨ ਪੱਤੀਆਂ ਤੀਆਂ, ਤਿੰਨਾਂ ਪੱਤੀਆਂ ਦਾ ਇੱਕ ਇੱਕ ਲੰਬੜਦਾਰ। ਕਿਹੜੀ ਕਿਹੜੀ ਪੱਤੀ ਸੀ? ਪੱਤੀਆਂ ਦਾ ਤਾਂ ਹੁਣ ਨਾ ਯਾਦ ਹੈ ਨੀ। ਬਾਬੂ ਕੀ ਪੱਤੀ ਸੀ? ਇਹ ਮੁਸਲਮਾਨਾਂ ਦੀ ਸੀ ਨਾ ਜੱਟਾਂ ਦੀ? ਅੱਛਾ ਜੀ। ਜਵਾਹਰ ਸਿੰਘ ਦੀ ਪੱਤੀ ਸੀ। ਅੱਛਾ ਇੱਕ ਪੱਤੀ ਦਾ ਮੈਂ ਨਾਂ ਨਹੀਂ ਜਾਣਦਾ, ਭੁੱਲ ਭੱਲ ਗਿਆ। ਅੱਛਾ ਤੇ ਲੰਬੜਦਾਰ ਦਾ ਕੀ ਨਾਂ ਦੱਸਿਆ ਤੁਸੀਂ? ਲੰਬੜਦਾਰ ਪਹਿਲੇ ਜਿਹੜੇ ਲੰਬੜਦਾਰ ਤੇ ਉਹ ਸਰਬਣ ਸਿੰਘ ਤਾਂ ਇੱਕ। ਅੱਛਾ ਇੱਕ ਜਨਗਾਰ ਸਿੰਘ ਤਾਂ। ਅੱਛਾ ਇੱਕ ਤੇਜਾ ਸਿੰਘ ਤਾਂ। ਅੱਛਾ ਅੱਛਾ ਉਦੋਂ ਫਿਰ ਆਪਣਾ ਇਹ ਆਪਣਾ ਕਿਵੇਂ ਦਾ ਰਹਿਣ ਸਹਿਣ ਸੀ? ਰਹਿਣ ਸਹਿਣ ਉਦੋਂ ਦਾ ਹੁਣ ਨਾਲੋਂ ਕੁਛ ਠੀਕ ਤਾ ਨਹੀਂ। ਆਪਸ 'ਚ ਕਿਵੇਂ ਦਾ? ਮੁਸਲਮਾਨਾਂ ਦਾ ਸਿੱਖਾਂ ਦਾ? ਮੁਸਲਮਾਨਾਂ ਸਿੱਖਾਂ ਦਾ ਮੇਲ ਮਿਲਾਪ ਤਾ ਮਤਲਬ ਵਿਆਹ ਸ਼ਾਦੀਆਂ 'ਚ? ਵਿਆਹ ਸ਼ਾਦੀਆਂ 'ਚ, ਸ਼ਾਦੀ 'ਚ ਹਾਂਜੀ ਜਾਂਦੇ ਜਾਂਦੇ ਸੀ, ਜਾਂਦੇ ਆਉਂਦੇ ਸੀ। ਅੱਛਾ ਹਾਂਜੀ। ਅਤੇ ਮਤਲਬ ਹੋਰ ਕੋਈ ਖਾਸ ਗੱਲ ਜਿਹੜੀ? ਅੱਛਾ ਅੱਛਾ ਤੁਹਾਡੇ ਪਿੰਡ ਸਕੂਲ ਹੈ ਸੀ? ਸਕੂਲ ਹੈਗਾ ਸੀ, ਉਹ ਉਰਦੂ ਦਾ ਸਕੂਲ ਸੀਗਾ ਇੱਕ। ਉਹ ਮਾਸਟਰਾਂ ਦੇ ਕੋਈ ਨਾਂ ਯਾਦ ਨੇ ਤੁਹਾਨੂੰ? ਉਹਨਾਂ ਦਾ ਮਾਸਟਰਾਂ ਦਾ ਨਾਂ ਨਹੀਂ ਯਾਦ ਹੈ। ਤੁਸੀਂ ਤਾਂ ਤੁਸੀਂ ਪੜ੍ਹੇ ਹੋ ਕਿ ਨਹੀਂ? ਮੈਂ ਅਨਪੜ੍ਹ ਬੰਦਾ ਹਾਂ ਜੀ। ਅੱਛਾ ਤੁਸੀਂ ਪੜ੍ਹੇ? ਬਿਲਕੁਲ ਅਨਪੜ੍ਹ। ਤੇ ਕਿੰਨਵੀਂ ਦਾ ਸਕੂਲ ਸੀ ਤੁਹਾਡੇ ਇੱਥੇ? ਸਾਡੇ ਪੰਜਵੀਂ ਦਾ ਉਰਦੂ ਦਾ ਸਕੂਲ ਸੀਗਾ। ਅੱਛਾ ਤੇ ਪੜ੍ਹਾਉਣ ਵਾਲੇ ਕਿਹੜੇ, ਕੋਈ ਸਿੱਖ ਸਨ ਜਾਂ ਮੁਸਲਮਾਨ ਸਨ, ਕੌਣ ਸਨ? ਚੌਧਰੀ ਸੀਗਾ ਪੜ੍ਹਾਉਣ ਵਾਲਾ ਇੱਕ। ਚੌਧਰੀ ਮਤਲਬ ਹਿੰਦੂ? ਠਾਠ ਸਿੰਘ ਨਾਂ ਤਾਂ ਉਹਦਾ। ਅੱਛਾ ਹਿੰਦੂ ਹਿੰਦੂ ਜਿਹੜੇ ਰਾਜਪੂਤ ਜਾਂ ਗੁੱਜਰ ਹੋਣੇ ਨੇ ਨਾ? ਚੌਧਰੀ ਹਿੰਦੂ ਰਾਜਪੂਤ। ਹਿੰਦੂ ਰਾਜਪੂਤ ਚੌਧਰੀ ਉਹਦਾ ਪਿੰਡ ਪਤਾ ਨਹੀਂ ਕਿਹੜਾ ਤਾਂ, ਉਹ ਮੈਨੂੰ ਪਤਾ ਨਹੀਂ ਜੀ ਉਹਦਾ। ਅੱਛਾ ਇਸ ਤੋਂ ਇਲਾਵਾ ਹੋਰ ਕੋਈ ਕਿਹੜੀ ਬਰਾਦਰੀਆਂ ਸੀ ਤੁਹਾਡੇ ਪਿੰਡ 'ਚ? ਹੋਰ ਇਹ ਸਿੰਧੂਆਂ 'ਚ ਸਿੱਖਾਂ 'ਚ? ਸਿੱਖਾਂ 'ਚ ਤਾਂ ਬਰਾਦਰੀ ਕੋਈ ਨਹੀਂ ਸੀ। ਹੋਰ ਮਤਲਬ ਮੁਸਲਮਾਨ ਸਨ ਜਾਂ ਜੱਟ ਸਿੱਖ ਸਨ? ਜੱਟ ਸਿੱਖ। ਹੋਰ ਕੋਈ ਮਿਸਤਰੀ ਤਖਾਣ? ਮਿਸਤਰੀ ਤਖਾਣ ਇਹ ਮੇਰੀ ਸੋਝੀ 'ਚ ਆਏ ਹੈ, ਬਾਅਦ 'ਚ ਆਏ? ਬਾਅਦ 'ਚ ਆਏ ਨੇ ਮਤਲਬ 47 ਤੋਂ ਬਾਅਦ? ਇੱਕ ਤਾਂ ਉਹ ਹੈਗੇ ਸੀ ਪਹਿਲੇ। ਅੱਛਾ ਹੋਰ ਦੂਜੇ ਬਾਲਮੀਕ? ਬਾਲਮੀਕ ਵੀ ਪਹਿਲੇ ਹੈਗੇ। ਹੈਗੇ ਹਾਂਜੀ। ਉਹਨਾਂ 'ਚੋਂ ਕੋਈ ਵੱਡਾ ਬੰਦਾ ਜਿਹਨੂੰ ਚਮਾਰ ਕਹਿੰਦੇ ਉਹ ਵੀ ਹੈਗੇ? ਅੱਛਾ ਜਿਹਨੂੰ ਜਲਾਹਾ ਕਹਿੰਦੇ ਉਹ ਪੁਰਾਣੇ? ਹਾਂ ਉਹ ਵੀ ਪੁਰਾਣੇ ਹੈਗੇ ਨੇ। ਹਾਂਜੀ ਉਹਨਾਂ ਦੇ ਤੁਹਾਡੇ ਹਾਣ ਦੇ ਕੋਈ ਬੰਦਾ ਹੈਗਾ ਕਿ ਨਹੀਂ? ਮੇਰੇ ਹਾਣ ਦੇ ਇੱਕ ਦੋ ਬੰਦੇ ਹੈਗੇ ਨੇ ਅਜੇ। ਅੱਛਾ ਹਾਂਜੀ। ਤੇ ਉਹਨਾਂ ਦੇ ਕੋਈ ਨਾਂ ਕੀ ਨੇ? ਮੱਕੂ ਵਾਲੀ ਦਾ ਕਿਆ ਨਾਮ? ਛਤਰ ਨਛੱਤਰ ਸਿੰਘ। ਅੱਛਾ ਨਛੱਤਰ ਸਿੰਘ ਕਿਲਾਹਾ ਹੈ। ਅੱਛਾ ਜਿਹੜੇ ਕੱਪੜੇ ਕੁਪੜੇ ਕੱਪੜੇ ਬੁਣਦਾ ਚਲਾਇਆ? ਹਾਂਜੀ ਹਾਂ ਰਮਦਾਸੀਆਂ 'ਚ ਹੁੰਦਾ। ਹਾਂਜੀ ਹਾਂ। ਅਤੇ ਇਹ ਮੁਸਲਮਾਨ ਕੀ ਕਾਰੋਬਾਰ ਕਰਦੇ ਸੀ ਉਦੋਂ ਅਤੇ ਹੁਣ ਕੀ? ਮੁਸਲਮਾਨ ਤਾਂ ਜੀ ਇਹ ਕੋਈ ਬੱਕਰੀਆਂ ਰੱਖਦੇ ਅਤੇ ਅੱਛਾ ਭੇਡਾਂ ਰੱਖਦੇ ਅਤੇ ਅੱਛਾ ਇਹ ਮਾਲ ਚਾਰਦੇ ਅਤੇ ਅੱਛਾ ਪਿੰਡ ਦਾ ਮਾਲ ਖੁੱਲਦਾ ਹੁੰਦਾ ਸੀਗਾ, ਜਿੰਨੇ ਸਾਡੇ ਡੰਗਰ ਹੁੰਦੇ ਤੇ ਛੱਡੇ ਆਉਂਦੇ ਤੇ ਉਹ ਇਹਨਾਂ ਦੇ ਬਜ਼ੁਰਗ ਹੱਕ ਲੈ ਜਾਂਦੇ ਤੇ ਸਪੁਰਦ ਕਰ ਦਿੰਦੇ ਸੀ। ਚਰਾਂਦ ਸਾਡੇ ਪਿੰਡ ਦੀ ਰੱਖੀ ਹੋਈ ਸੀ 15-16 ਕਿੱਲੇ, ਉਹ ਚਰਾਂਦ ਅਸੀਂ ਉਹਨਾਂ ਵਾਸਤੇ ਰੱਖੀ ਹੋਈ ਸੀ ਡੰਗਰਾਂ ਵਾਸਤੇ। ਡੰਗਰਾਂ ਵਾਸਤੇ ਕਿੰਨਾ ਰਕਬਾ ਕਿੰਨਾ ਇਸ ਪਿੰਡ ਦਾ? ਰਕਬਾ ਇਹਦਾ ਹੈਗਾ ਤਕਰੀਬਨ 2500 ਵਿਘਾ ਹੈ। 2500 ਵਿਘਾ? ਹਾਂ ਛੋਟਾ ਹੀ ਹੈ ਰਕਬਾ। ਅੱਛਾ ਅੱਛਾ। ਅਤੇ ਇਹਨਾਂ 'ਚ ਉਸ ਟਾਈਮ ਮੋਟੇ ਜਿਹੜੇ ਘਰ ਸੀ ਤੁਹਾਡੇ ਸਿੱਖਾਂ ਦੇ ਜਾਂ ਬਜ਼ੁਰਗ ਜੋ ਤਕੜੇ ਬਜ਼ੁਰਗ ਸੀ ਜਿਹੜੇ ਚੌਧਰੀ ਟਾਈਪ, ਉਹਨਾਂ ਦੇ ਨਾਂ ਦੱਸੋ ਹਾਂ ਕੋਈ? ਜ਼ਿਆਦਾ ਜ਼ਿਮੀਂਦਾਰ ਜ਼ਮੀਨ ਵਾਲੇ ਤਾਂ ਦੋਏ ਘਰ ਸੀਗੇ। ਅੱਛਾ ਇੱਕ ਸੀਗਾ ਸਾਡਾ ਬਜ਼ੁਰਗ, ਹਾਂਜੀ ਉਹਨੂੰ 120 ਵਿਘਾ ਜ਼ਮੀਨ ਸੀ। ਅੱਛਾ ਉਹਦਾ ਨਾਮ ਸੀ ਆਸਾ ਸਿੰਘ। ਠੀਕ ਆ। ਇੱਕ
दलीप सिंह और रणजीत सिंह। अच्छा। दो भाई थे। अच्छा। वो भी 120-125 बीघे जमीन थी उन्होंने को। अच्छा, तुहाडे चाचा ताए भी है सी? नहीं, चाचा ताए को तुहाडा बुजुर्ग कल्ला सी? कल्ला बुजुर्ग सी। अच्छा, बाबा जी भी कल्ला ही था। अगे तुहाडा बुजुर्ग? हां, साडा बुजुर्ग। तुसी किन्ने भाई हो? असीं तीन भाई सीगे। खेती कर दे हुंदे थे। हां, फिर चार बौल दे कूठ रख दे थे, सांझी रख लंदे थे। अच्छा। असी 120 बीघे दी खेती कर दे सी। अच्छा, तो बाद फिर हुण तुसी खेती बाड़ी कर? खेती बाड़ी कर दे। अच्छा, हुण ए दसो भी तुसी 47 वेले तुहाडी वावा सुरत सी, तुहानू पूरी उम्र सी तुहाडी, मतलब इन्ने न्याणे नहीं सी तुसी? हां जी। ते ਬੜੇ ਵਧੀਆ ਤਰੀਕੇ ਨਾਲ ਸਾਰੇ ਰਹਿ ਰਹੇ ਸੀ, ਪਿਆਰ ਮੁਹੱਬਤ ਨਾਲ ਰਹਿ ਰਹੇ ਸੀ, ਜਿਵੇਂ ਮੁਸਲਮਾਨ ਜਾਂ ਸਿੱਖ ਜਾਂ ਜਿਹੜੀਆਂ ਬਰਾਦਰੀਆਂ ਸੀ। ਹਾਂਜੀ ਹਾਂਜੀ। ਅਤੇ ਇਹ 47 ਵੇਲੇ ਫਿਰ ਕੀ ਹੋਇਆ, ਕਿਵੇਂ ਪਤਾ ਲੱਗਾ ਲੋਕਾਂ ਨੂੰ ਵੀ ਹੁਣ ਕੋਈ ਰੌਲਾ ਰੂੜਾ ਪੈ ਗਿਆ ਜਾਂ ਕੀ ਆ? 47 ਵੇਲੇ ਜਦੋਂ ਹੱਲੇ ਪੈਣ ਲੱਗੇ, ਉਸ ਟਾਈਮ ਅੰਗਰੇਜ਼ ਨੇ ਵਿਦੇਸ਼ਾਂ ਮੁਸਲਮਾਨ ਇਕੱਠੇ ਕਰ ਲਏ, ਵਿਦੇਸ਼ਾਂ ਪਿੰਡ ਜਿਹੜਾ ਵਿਦੇਸ਼ਾਂ ਪਿੰਡ ਦੇ ਵਿੱਚ ਮੁਸਲਮਾਨ ਇਕੱਠੇ ਕਰ ਲਏ। ਅੱਛਾ। ਇਕੱਠੇ ਕਰਕੇ ਉਹ ਇੱਥੋਂ ਲੰਘਾ ਕੇ ਉਹਨਾਂ ਨੇ ਕੈਂਪ ਬਣਾ ਰੱਖਿਆ ਤਾ ਬੇਟ ਦੇ ਇਲਾਕੇ 'ਚ। ਕਿਹੜੀ ਜਗ੍ਹਾ? ਸ਼ੇਰਪੁਰ ਬੇਟ। ਗੌਰਮੈਂਟ ਨੇ ਆਰਡਰ ਕਰਤੇ ਤੇ ਵੀ ਜਿਹੜਾ ਜਾਣਾ ਚਾਹੁੰਦਾ ਹੈ ਜਾਏ, ਉਹ ਜਾ ਸਕਦਾ ਹੈ। ਪਾਕਿਸਤਾਨ ਹਿੰਦੁਸਤਾਨ ਬਣ ਗਿਆ? ਹਾਂਜੀ, ਪਾਕਿਸਤਾਨ ਹਿੰਦੁਸਤਾਨ ਬਣ ਗਿਆ ਹੈ। ਬਈ ਜਿਹੜਾ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ, ਜਿਹੜਾ ਰਹਿਣਾ ਚਾਹੁੰਦਾ ਲੁਕ ਛਿਪ ਕੇ ਰਹਿ ਸਕਦਾ ਹੈ। ਅੱਛਾ। ਬਈ ਇੱਥੇ ਮਾਰ ਦੇਣ ਦਾ ਖਤਰਾ ਹੈਗਾ। ਅੱਛਾ, ਚਲੋ ਫਿਰ ਜਦੋਂ ਇਹ ਹੋਇਆ, ਸਾਡੇ ਆਪਣੇ ਤੁਹਾਡੇ ਪਿੰਡ 'ਚ ਕਿਵੇਂ ਪਤਾ ਲੱਗਿਆ ਵੀ ਸਾਡੇ ਪਿੰਡ ਵਿੱਚ ਵੀ ਏਦਾਂ ਹੀ ਪਤਾ ਲੱਗ ਗਿਆ ਇਹਨਾਂ ਨੂੰ? ਅੱਛਾ। ਬਈ ਸਾਨੂੰ ਹੁਣ ਮਾਰ ਦੇਣਗੇ, ਹੱਲੇ ਹੋ ਗਏ ਨੇ, ਬੰਡਵਾਰਾ ਹੋ ਗਿਆ। ਅੱਛਾ। ਹਿੰਦੁਸਤਾਨ ਪਿੰਡ ਵਾਲਿਆਂ ਤੇ ਇਹਨਾਂ ਨੂੰ ਨਹੀਂ ਕਿਹਾ ਵੀ ਤੁਸੀਂ? ਪਿੰਡ ਵਾਲਿਆਂ ਨੇ ਕੁਛ ਨਹੀਂ ਕਿਹਾ ਹੈ, ਆਪਣੀ ਮਰਜ਼ੀ ਨਾਲ ਫਿਰ ਇਹਨਾਂ ਨੇ ਮਰਜ਼ੀ ਨਾਲ ਇਹ ਆਪਣੇ ਆਪ ਵਿੱਚ ਚਲੇ ਗਏ। ਇਹਨਾਂ ਨੂੰ ਲੱਗਿਆ ਵੀ ਇੱਥੇ ਖਤਰਾ ਸੀ? ਹਾਂ, ਖਤਰਾ। ਜਦੇ ਚਲੇ ਗਏ ਕਿੱਥੇ? ਕੈਂਪ ਕਿਹੜੇ ਚ ਗਏ ਫਿਰ? ਅਸੀਂ ਗੁਜਰਾਂ ਚਲੇ ਗਏ। ਇਹ ਕਿੰਨੀ ਦੂਰ ਹੈ ਇੱਥੋਂ ਬਸੀ ਗੁਜਰਾਂ? ਇੱਥੋਂ 3 ਕਿਲੋਮੀਟਰ ਤੇ ਹੈ। ਅੱਛਾ, ਉੱਥੇ ਇਕੱਠੇ ਹੋ ਗਏ? ਹਾਂਜੀ, ਉੱਥੇ ਗੁਜਰਾਂ ਵੱਲੋਂ ਸਾਰੇ ਮੁਸਲਮਾਨਾਂ ਦਾ? ਹਾਂਜੀ ਹਾਂਜੀ, ਮੁਸਲਮਾਨ ਗੁਜਰਾਂ ਦਾ। ਉੱਥੇ ਮੁਸਲਮਾਨ ਇਕੱਠੇ ਹੋ ਗਏ ਸਾਰੇ। ਅੱਛਾ। ਇਕੱਠੇ ਹੋ ਕੇ ਜਦ ਫਿਰ ਸਿੱਖਾਂ ਨੇ ਹਮਲਾ ਕਰਤਾ ਇਹਨਾਂ ਪਰ। ਅੱਛਾ, ਉੱਥੇ ਕੈਂਪ ਤੇ? ਹਾਂ, ਕੈਂਪ ਤੇ। ਅੱਛਾ, ਜਿੱਥੇ ਇਕੱਠੇ ਹੋਏ ਤੇ ਉਹਦੇ ਵਿੱਚ ਇਹਨਾਂ ਦੇ ਕਈ ਜੀ ਮਾਰੇ ਗਏ। ਕਿਹਨਾਂ ਦੇ? ਸਾਡੇ ਪਿੰਡ ਵਾਲਿਆਂ ਦੇ। ਕਿਹਨਾਂ ਦੇ? ਕਿਹਨਾਂ ਦੇ? ਉਹਨਾਂ ਦੇ ਨਾਮ ਲਓ ਨਾ। ਇੱਕ ਤਾਂ ਪਖੀਰੀਆ ਮਾਰਿਆ ਗਿਆ। ਇਹ ਭਰਾਈਆਂ ਚੋਂ? ਨਾ, ਗੁਜਰਾਂ ਚ। ਗੁਜਰਾਂ ਚੋਂ? ਅੱਛਾ। ਡੋਗਰ ਮਾਰਿਆ ਗਿਆ। ਅੱਛਾ, ਉਹ ਵੀ ਗੁਜਰਾਂ ਚੋਂ? ਹਾਂਜੀ। ਹੋਰ ਇੱਕ ਕੌਣ? ਬੁੜੀ ਮਾਰੀ ਗਈ। ਬੁੜੀ ਦਾ ਨਾਂ ਸੀ ਰਹਿਮੋ। ਬਾਕੀ ਦੇ ਜਿਹੜੇ ਇਹਨਾਂ ਦੇ ਜੀਤ ਉਹ ਸਾਡੇ ਪਿੰਡ ਦਿਆਂ ਨੂੰ ਮਿਲ ਗਏ। ਅੱਛਾ, ਉੱਥੇ ਬਸੀ ਗੁਜਰੇ? ਭੱਜੇ ਜਾਂਦੇ ਕਿਧਰੇ ਪਾਸੇ ਨਿਕਲ ਕੇ ਜਿਹੜੇ ਬਜ਼ੁਰਗ ਸੀ। ਹਾਂਜੀ, ਉਹ ਫਿਰ ਪਿੰਡ ਦਿਆਂ ਨੇ ਫਿਰ ਫੜ ਲਿਆਂਦੇ ਵਾਪਸ। ਤੁਸੀਂ ਆ ਜਾਓ ਪਿੰਡ? ਬਈ ਪਿੰਡ ਆ ਜਾਓ, ਤੁਹਾਨੂੰ ਇੱਥੇ ਅਸੀਂ ਸਾਂਭ ਕੇ ਰੱਖਾਂਗੇ, ਮਤਲਬ ਤੁਹਾਨੂੰ ਅਸੀਂ ਬਚਾ ਕੇ ਰੱਖਾਂਗੇ। ਫਿਰ ਲਕੋਲ ਕਾ ਕੇ ਰੱਖ ਲਏ। ਇਹ ਕਿਹੜੇ ਕਿਹੜੇ ਮਤਲਬ ਉਹਨਾਂ ਦੇ ਨਾਂ ਲਓ ਜਿਹਨਾਂ ਨੂੰ ਤੁਸੀਂ ਲੈ ਕੇ ਆ ਗਏ ਫਿਰ ਮੁੜ ਕੇ ਉੱਥੋਂ ਕੈਂਪ ਚੋਂ? ਚੰਨਣ, ਚੰਨਣ ਇਹਨਾਂ ਦਾ ਜਿਹੜਾ ਵੱਡਾ ਭਾਈ ਤਾ। ਅੱਛਾ, ਉਹ ਬਚ ਗਿਆ। ਅੱਛਾ ਅੱਛਾ, ਸ਼ੇਰੂ ਤਾ ਇੱਕ। ਅੱਛਾ, ਉਹਦਾ ਨਾਂ ਸਮੈਲ ਤਾ। ਅੱਛਾ, ਉਹ ਬਚ ਗਿਆ। ਅੱਛਾ, ਇੱਕ ਬਸਤਾ ਬਚ ਗਿਆ। ਅੱਛਾ, ਇੱਕ ਗਾਂਧੀ ਬਚ ਗਿਆ। ਇਹਨਾਂ ਦੀਆਂ ਬੀਬੀਆਂ ਉਹ ਵੀ ਲੈ ਆਉਂਦੀਆਂ? ਹਾਂਜੀ, ਉਹ ਵੀ ਇੱਥੇ ਲਕੋ ਲਕਾ ਲਈਆਂ। ਅੱਛਾ, ਟੋਟਲ ਕਿੰਨੇ ਕੁ ਜੀ ਫਿਰ ਲੈਂਦੇ ਤੁਸੀਂ ਬਜਾ ਕੇ ਉੱਥੋਂ?
5-6 ਜੀ ਬਚਾ ਲੈਂਦੇ ਨੇ ਜਿਨ੍ਹਾਂ ਚ ਨਾਲ ਤੀਵੀਆਂ ਤੀਵੀਆਂ ਪਾ ਕੇ 5-7 ਹੋ ਗਏ ਸੀ ਬਚਾ ਲਿਆ ਛੋਟੇ ਬੱਚੇ ਵੀ ਹੋਣੇ ਨੇ ਹਾਂਜੀ ਹਾਂਜੀ ਅੱਛਾ ਉਹਨਾਂ ਨੂੰ ਫਿਰ ਤੁਸੀਂ ਇੱਥੇ ਰੱਖਿਆ ਇੱਥੇ ਰੱਖਿਆ ਬਾਕੀ ਜਿਹੜੇ ਸੀ ਫਿਰ ਉਹ ਚਲੇ ਗਏ ਉੱਥੋਂ ਉਹ ਉੱਥੋਂ ਇਹਨਾਂ ਦਾ ਅੰਕਲ ਇੱਕ ਚਲਿਆ ਗਿਆ ਅੱਛਾ ਕੀ ਨਾਂ ਸੀ ਉਹਦਾ ਉਹਦਾ ਨਾਂ ਤਾਤਾ ਲਾਲਦੀਨ ਲਾਲਦੀਨ ਉਹ ਹੁਣ ਪਾਕਿਸਤਾਨ ਉਹਦੇ ਜਿਹੜੀ ਔਲਾਦ ਹੈ ਪਾਕਿਸਤਾਨ 'ਚ ਉਹ ਪਾਕਿਸਤਾਨ 'ਚ ਅੱਛਾ ਅੱਛਾ ਉਹ ਮਿਲਦੇ ਵਰਤਦੇ ਆ ਇਹ ਉਹਦੇ ਨਾਲ ਅੱਛਾ ਉਹ ਫਿਰ ਅੱਛਾ ਠੀਕ ਹੈ ਜਾਂਦੇ ਆ ਤੇ ਬਾਕੀ ਜਿਹੜੇ ਭਰਾਈਆਂ ਦੇ ਤੇਲੀਆਂ ਦੇ ਟੱਬਰ ਸੀ ਉਹ ਸਾਰੇ ਚਲੇ ਗਏ ਨਾ ਉਹ ਸਾਰੇ ਦੇ ਸਾਰੇ ਰਹਿ ਗਏ ਇੱਥੇ ਅੱਛਾ ਉਹ ਵੀ ਮੁੜ ਲੈਂਦੇ ਤੁਸੀਂ ਆ ਗਏ ਉਹ ਤਾਂ ਇੱਥੇ ਉਹ ਗਏ ਨਹੀਂ ਕਿਤੇ ਛੁਪ ਛੁਪ ਗਏ ਨਹੀਂ ਨਹੀਂ ਉਹ ਉੱਥੇ ਕੈਂਪ 'ਚ ਨਹੀਂ ਸੀ ਗਏ ਕੈਂਪ 'ਚ ਨਹੀਂ ਸੀ ਗਏ ਉਹ ਮਤਲਬ ਉਹ ਸਾਰੇ ਰਹਿ ਗਏ ਸਾਰੇ ਰਹਿ ਗਏ ਤੇਲੀ ਭਰਾਈ ਅਤੇ ਗੁਜਰਾਂ ਦੇ ਇੱਕ ਘਰ ਰਹਿ ਗਿਆ ਇੱਕ ਘਰ ਰਹਿ ਗਿਆ ਗੁਜਰਾਂ ਦਾ ਹਾਂਜੀ ਅਤੇ ਉਹ ਹੁਣ ਇੱਥੇ ਹੁਣ ਤਾਂ ਉਹਨਾਂ ਦੇ ਕਾਫੀ 5-7 ਘਰ ਕਾਫੀ ਪਰਿਵਾਰ ਹੈਗਾ ਕਿੰਨੇ ਘਰ ਨੇ ਬਹੁਤ ਵਧੀਆ ਉਹਨਾਂ ਦਾ ਚੱਲਦਾ ਹਾਂਜੀ ਸੱਤ ਘਰ ਹੈਗੇ ਨੇ ਹੁਣ ਸੱਤ ਘਰ ਹੋ ਗਏ ਅੱਛਾ ਤੁਹਾਡੇ ਪਿੰਡ 'ਚ ਗੁਰਦੁਆਰਾ ਵੀ ਹੈਗਾ ਹਾਂਜੀ ਪਿੰਡ ਦੇ ਵਿਚਾਲੇ ਗੁਰਦੁਆਰਾ ਮਸੀਤ ਵੀ ਹੈਗੀ ਹੈਗੀ ਆ ਪੁਰਾਣੇ ਉਦੋਂ ਉਸ ਜ਼ਮਾਨੇ 'ਚ ਨਹੀਂ ਉਦੋਂ ਦੀ ਨਹੀਂ ਬਾਅਦ 'ਚ ਬਣੀ ਬਾਅਦ 'ਚ ਬਣੀ 47 ਤੋਂ ਬਾਅਦ ਬਣੀ ਗੁਰਦੁਆਰਾ 47 ਤੋਂ ਪਹਿਲਾਂ ਦਾ ਹੈਗਾ ਅਤੇ ਮਸੀਤ ਫਿਰ ਇਹਨਾਂ ਜਦੋਂ ਰਹਿ ਗਏ ਤਾਂ ਫਿਰ ਹਾਂ ਇਹਨਾਂ ਨੇ ਬਣਾਈ ਮਸੀਤ ਫਿਰ ਤੁਸੀਂ ਰਲ ਮਿਲ ਕੇ ਬਣਾਈ ਆ ਇਹਨਾਂ ਨੇ ਆਪ ਬਣਾਈ ਖੇੜੂ ਰਾਮ ਅੱਛਾ ਉਹਨਾਂ ਨੇ ਬੈਠੇ ਨੇ ਨਾਲ ਹਾਂਜੀ ਇਹਨਾਂ ਨੇ ਫਿਰ ਇਹ ਕੀੜੂ ਰਾਮ ਕਿਹਦਾ ਪੁੱਤਰ ਜਾਂ ਪੋਤਰੇ ਨੇ ਖੰਨਣ ਗੁੱਜਰ ਦਾ ਪੁੱਤਰ ਹੈ ਕੀੜੂ ਰਾਮ ਕੀੜੂ ਰਾਮ ਹੁਣ ਆ ਕੇ ਮਸੀਤ ਇਕੱਠ ਕਰਕੇ ਇਹ ਜਿਹੜਾ ਹੁਣ ਆਪਣੇ ਕੋਲ ਬੈਠੇ ਨੇ ਇਹ ਕਿਹਦੇ ਪੋਤਰੇ ਨੇ ਖੰਗਣ ਦੇ ਪੋਤਰੇ ਨੇ ਖੰਗਣ ਦੇ ਪੋਤਰੇ ਇਹਦਾ ਨਾਂ ਕੀ ਆ ਇਹਦਾ ਨਾਂ ਹੈਗਾ ਕੀੜੂ ਰਾਮ ਅੱਛਾ ਪਹਿਲਾਂ ਕੁਛ ਹੋਰ ਨਾਂ ਸੀ ਇਹਦਾ ਪਹਿਲਾਂ ਇਹਦਾ ਨਾਂ ਸੁਲੇਮਾਨ ਸੀ ਹੁਣ ਕਿਹੜੂ ਰਾਮ ਜਦ ਹਿੰਦੁਸਤਾਨ ਪਾਕਿਸਤਾਨ ਬਣਿਆ ਉਦੋਂ ਫਿਰ ਇਹਦਾ ਨਾਂ ਇੱਧਰ ਹਿੰਦੂਆਂ ਦਾ ਕਿਹੜੂ ਰਾਮ ਕਿਹੜੂ ਰਾਮ ਕਰਤਾ ਫਿਰ ਨਾਂ ਤੁਸੀਂ ਤੁਹਾਡਾ ਨਾਂ ਕੀ ਹੈ ਕਿਹੜੂ ਰਾਮ ਜੀ ਤੇ ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀ ਕਿੰਨਣ ਸਰ ਅੱਛਾ ਤੇ ਆਪਣੀ ਬਰਾਦਰੀ ਗੁੱਜਰ ਹੈ ਜੀ ਮੁਸਲਮਾਨ ਗੁੱਜਰ ਗੁੱਜਰ ਅੱਛਾ ਤੇ ਇਹ ਮਤਲਬ ਤੁਹਾਡੇ ਜਿਹੜੇ ਉੱਧਰ ਚਲੇ ਗਏ ਪਾਕਿਸਤਾਨ 'ਚ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਨਾਂ ਕੀ ਨੇ ਉਹਨਾਂ ਦਾ ਨਾਂ ਤਾਂ ਮੇਰੇ ਬਾਬੇ ਦਾ ਨਾਂ ਤਾਂ ਲਾਲ ਦਿੰਦਾ ਜੀ ਅੱਛਾ ਹਾਂ ਇਕੱਲਾ ਸੀਗਾ ਉਹ ਅੱਛਾ ਉਹ ਮਤਲਬ ਉਹਨਾਂ ਦੇ ਘਰ ਵਾਲੀ ਸੀ ਇੱਕ ਦੋਨੇ ਜਣੇ ਉਹਦੇ ਉਹਦੇ ਪੁੱਤਰ ਮਤਲਬ ਇੱਕ ਤੁਹਾਡਾ ਬਾਪ ਸੀ ਨਹੀਂ ਜੀ ਉਹਨਾਂ ਦਾ ਬਾਪ ਲੱਗਦੀ ਆ ਜੇ ਲਾਲ ਦਿਨ ਪਾਕਿਸਤਾਨ ਚਲਾ ਗਿਆ ਉਹ ਲੱਗ ਸੀਗਾ ਅੱਛਾ ਨਹੀਂ ਤੁਹਾਡਾ ਬਾਬਾ ਤਾਂ ਇੱਥੇ ਰਹਿ ਗਿਆ ਸੀ ਕਿ ਚਲਾ ਗਿਆ ਸੀ ਸਾਡਾ ਬਾਬਾ ਇੱਥੇ ਰਹਿ ਗਿਆ ਸੀ ਕਿਹਦੀ ਸੀ ਕੰਗਣ ਹਾਂ ਜੀ ਕੰਗਣ ਕੰਗਣ ਤੁਸੀਂ ਕੰਗ ਤੁਹਾਡੇ ਬਾਪ ਦਾ ਨਾਂ ਕੀ ਸੀ ਫਿਰ ਚੰਨਣ ਚੰਨਣ ਅੱਛਾ ਤੁਸੀਂ ਚੰਨਣ ਦੇ ਪੁੱਤਰ ਅਤੇ ਕੰਗਣ ਦੇ ਦੋ ਗੱਲਾਂ ਮੇਰੀ ਮਾਤਾ ਜੀ ਆ ਕੇ ਜਾਂਦੇ ਉਹਨਾਂ ਚੋਂ ਨਹੀਂ ਕੋਈ ਇੱਧਰ ਆਏ ਸੀਗੇ ਉਹ ਵੀ ਮਿਲ ਕੇ ਉਹ ਵੀ ਦੋ ਗੱਲਾਂ ਆ ਲੈ ਮੇਰਾ ਬਾਬਾ ਅੱਛਾ ਹਾਂਜੀ ਤੇ ਅੱਛਾ ਉਹ ਜਿਹੜੇ ਲਾਲਦੀਨ ਲਾਲਦੀਨ ਹਾਂਜੀ ਇੱਥੋਂ ਗਏ ਤੁਹਾਡੇ ਕੋਲ ਮਿਲ ਕੇ ਗਏ ਨੇ ਇੱਥੇ ਆ ਕੇ ਗਏ ਅੱਛਾ ਉੱਥੇ ਉਹ ਕਿਹੜੀ ਜਗ੍ਹਾ ਰਹਿ ਰਹੇ ਨੇ ਲੈਲਪੁਰ ਕੋਈ ਪਿੰਡ ਲੈਲਪੁਰ ਝੁੰਗੀਆਂ ਝੁੰਗੀਆਂ ਹਾਂਜੀ ਝੁੰਗੀਆਂ ਪਿੰਡ ਆ ਹਾਂਜੀ ਤੇ ਲੈਲਪੁਰ 'ਚ ਅੱਛਾ ਅੱਛਾ ਹੁਣ ਤੁਸੀਂ ਇਹ ਦੱਸੋ ਵੀ ਉਹ ਜ਼ਮਾਨਾ ਤਾਂ ਚਲੋ ਉਹ ਦਿਨ ਮਾੜੇ ਸੀ ਜਾਂ ਜੋ ਵੀ ਸੀ ਹੁਣ ਇਸ ਪਿੰਡ ਦੇ ਵਿੱਚ ਕਿਸ ਤਰ੍ਹਾਂ ਤੁਹਾਡਾ ਰਹਿਣ ਸਹਿਣ ਕਿਵੇਂ ਆ ਤੁਹਾਡਾ ਸਾਡਾ ਬਹੁਤ ਮਾਹੌਲ ਵਧੀਆ ਜੀ ਸਾਰੇ ਰਲ ਮਿਲ ਕੇ ਰਹਿੰਦੇ ਨੇ ਕੋਈ ਮਤਲਬ ਤੁਹਾਡੇ ਨਾਲ ਕੋਈ ਕਿਸੇ ਕਿਸਮ ਦਾ ਭੇਦਭਾਵ ਵਿਤਕਰਾ ਨਾ ਜੀ ਕੋਈ ਭੇਦਭਾਵ ਨਹੀਂ ਸਿੱਖਾਂ ਵੱਲੋਂ ਜਾਂ ਜੱਟਾਂ ਵੱਲੋਂ ਕਿਸੇ ਵੱਲੋਂ ਕੋਈ ਨਹੀਂ ਸਾਰੇ ਭਰਾਵਾਂ ਵਾਂਗੂ ਰਹਿੰਦੇ ਆ ਜੀ ਮਤਲਬ ਜਿਵੇਂ ਆਪਸ ਭਰਾ ਰਹਿੰਦੇ ਨੇ ਉਸ ਤਰ੍ਹਾਂ ਰਹਿੰਦੇ ਨੇ ਤੇ ਜਦ ਤੁਸੀਂ ਆਪਣੇ ਜਿਹੜੇ ਤੁਹਾਡੇ ਈਦ ਵਗੈਰਾ ਮਨਾਉਂਦੇ ਹੋ ਤੇ ਸਾਰੇ ਸ਼ਾਮਿਲ ਹੁੰਦੇ ਨੇ ਸਾਰੇ ਜਾਂਦੇ ਨੇ ਅੱਛਾ ਤੇ ਮਤਲਬ ਤੁਹਾਨੂੰ ਕਿਸੇ ਚੀਜ਼ ਦੀ ਰੁਕਾਵਟ ਤੇ ਹੈ ਨਹੀਂ ਕੋਈ ਮਤਲਬ ਕੋਈ ਹਾਂ ਬੜੀ ਆਜ਼ਾਦੀ ਨਾਲ ਤੁਸੀਂ ਰਹਿ ਰਹੇ ਹੋ ਹਾਂ ਜੀ ਹਾਂ ਬੜੇ ਪ੍ਰੇਮ ਭਾਵ ਜਿਵੇਂ ਪਹਿਲਾਂ ਰਹਿੰਦੇ ਸੀ ਕਿਉਂਕਿ ਤੁਸੀਂ ਇੱਥੋਂ ਦੇ ਜੱਦੀ ਲੋਕ ਹੋ ਤੁਸੀਂ ਹਾਂ ਜੀ ਤੁਸੀਂ ਕਿਹੜਾ ਕਿਤੇ ਹਾਂ ਉਦਾਂ ਦਾ ਹੀ ਬਸ ਉਹੀ ਮਾਹੌਲ ਹੈ ਬੜੇ ਪਿਆਰ ਮੁਹੱਬਤ ਨਾਲ ਸਾਰੇ ਰਹਿੰਦੇ ਹਾਂ ਜੀ ਤੇ ਬੱਚੇ ਹੁਣ ਤੁਹਾਡੇ ਫਿਰ ਕੀ ਕੰਮ ਕਰਦੇ ਆ ਬੱਚੇ ਮੇਰੇ ਦੋ ਆ ਜੀ ਚਾਰ ਲੜਕੀਆਂ ਨੇ ਅੱਛਾ ਦੋਵੇਂ ਬੱਚੇ ਉਹ ਗੱਡੀ ਚਲਾਉਂਦੇ ਨੇ ਅੱਛਾ ਹਿਮਾਚਲ ਚ ਹਿਮਾਚਲ ਚ ਹਾਂ ਦੋਵੇਂ ਵਿਆਹ ਹੋਏ ਨੇ ਅੱਛਾ ਦੋਵਾਂ ਦੇ ਬੱਚੀਆਂ ਨੇ ਅੱਛਾ ਹਾਂ ਬੱਚੀਆਂ ਵੀ ਵਿਆਹੀਆਂ ਹਾਂ ਜੀ ਬੱਚੀਆਂ ਵਿਆਹ ਤੇ ਕਿਹਾ ਅੱਛਾ ਤੇ ਤੁਸੀਂ ਮਤਲਬ ਤੁਹਾਡੀ ਰਿਸ਼ਤੇਦਾਰੀਆਂ ਫਿਰ ਇੱਥੇ ਨੇੜੇ ਤੇੜੇ ਹੋਣੇ ਆ ਕਿ ਦੂਰ ਦੂਰ ਨੇ ਨੇੜੇ ਹੀ ਆ ਜੀ ਰਿਸ਼ਤੇਦਾਰ ਮਤਲਬ ਤੁਹਾਡੀ ਬਰਾਦਰੀ ਦੇ ਲੋਕ ਇੱਥੇ ਹੈਗੇ ਨੇ ਆਪਣੇ ਹਾਂ ਜੀ ਬਹੁਤ ਗੁੱਜਰ ਬਰਾਦਰੀ ਹੈਗੀ ਆ ਮੁਸਲਮਾਨਾਂ ਦੀ ਹਾਂ ਜੀ
ਮਤਲਬ ਰਿਸ਼ਤੇ ਨਾਤੇ ਕਰਨ ਚ ਕੋਈ ਮਸਲਾ ਨਹੀਂ ਹੈ ਨਾ ਜੀ ਕੋਈ ਰੁਕਾਵਟ ਨਹੀਂ ਹੈ ਹਾਂ ਮਤਲਬ ਹੈਗੇ ਨੇ ਆਪਣੇ ਆਪਣੀ ਬਰਾਦਰੀ ਹੈਗੀ ਹੈ ਕਹਿਣ ਦਾ ਮਤਲਬ ਇਹ ਹੈ ਬਹੁਤ ਹੈ ਅੱਛਾ ਤੇ ਬਲ ਖੁਸ਼ ਹੈ ਕੋਈ ਐਸੀ ਪ੍ਰੋਬਲਮ ਨਾ ਕੋਈ ਤਕਲੀਫ ਨਹੀਂ ਜੀ ਬਸ ਰਹਿਣੇ ਸਣੇ ਬਹੁਤ ਸਾਰੇ ਭਾਈਆਂ ਦਾ ਪ੍ਰੇਮ ਹਾਂ ਜੀ ਉਹ ਪ੍ਰੇਮ ਸੀ ਤਾਂ ਹੀ ਤੁਸੀਂ ਤੁਹਾਨੂੰ ਇੱਥੇ ਲੈ ਮੁੜ ਕੇ ਰਹਿਣ ਰਹਿੰਦੇ ਹੋ ਤੁਸੀਂ ਅੱਛਾ ਕਿਰਨ ਰਾਮ ਜੀ ਇਹ ਦੱਸੋ ਤੁਸੀਂ ਉਹ ਤੁਸੀਂ ਦੱਸ ਦਿਓ ਵੀ ਉਹ ਤੁਹਾਡੇ ਕੋਲ ਆਉਂਦੇ ਜਾਂਦੇ ਸੀ ਫਿਰ ਤੁਹਾਡਾ ਉਹਨਾਂ ਨਾਲ ਰਾਬਤਾ ਸੰਪਰਕ ਕਦੋਂ ਟੁੱਟ ਗਿਆ ਕਿੰਨੇ ਕੁ ਸਾਲ ਹੋ ਗਏ ਸੀ ਤੁਹਾਡੇ ਰਿਸ਼ਤੇਦਾਰਾਂ ਨਾਲ 35 ਸਾਲ ਦਾ ਗੇੜ ਹੋਗਾ ਜੀ ਜਿੱਤੇ ਬਾਅਦ ਫਿਰ ਕੋਈ ਚਿੱਠੀ ਨਹੀਂ ਪਤਾ ਨਹੀਂ ਕੋਈ ਫੋਨ ਨਹੀਂ ਪਰ ਤੋਂ ਨਹੀਂ ਆਇਆ ਜੀ ਅੱਛਾ ਤੇ ਨਵੀਂ ਪੀੜ੍ਹੀ ਨੂੰ ਵੈਸੇ ਵੀ ਨਹੀਂ ਪਤਾ ਹੋਣਾ ਵੀ ਕੌਣ ਸਾਡਾ ਰਹਿੰਦਾ ਉਸੇ ਕੀ ਹੈ ਨਾ ਜੀ ਨਾ ਦੇਖੇ ਨਹੀਂ ਉਹ ਨਾ ਮਿਲੇ ਉਹ ਅੱਛਾ ਹਾਂ ਜੀ ਤੇ ਫਿਰ ਹੁਣ ਉਹ ਇਸ ਪਿੱਛੇ ਸਾਡੇ ਇੱਕ ਉਧਰ ਦੋਸਤ ਨੇ ਜਿਹੜੇ ਉਹ ਵੀ ਪਾਰਟੀਸ਼ਨ ਸਟੋਰੀ ਕਰਦੇ ਨੇ ਨਾਸਰ ਕਿਸਾਨਾ ਸਾਹਿਬ ਨੇ ਗੁਜਰ ਬਰਾਦਰੀ ਨਾਲ ਸੰਬੰਧ ਰੱਖਦੇ ਨੇ ਉਹ ਵੀ ਇਧਰੋਂ ਗਏ ਹੋਏ ਨੇ ਹਾਂ ਜੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਗਏ ਹੋਏ ਨੇ ਉਹਨਾਂ ਨੇ ਸਾਨੂੰ ਕਿਹਾ ਸੀ ਬਈ ਸਾਨੂੰ ਇਹ ਫਲਾਣਾ ਮਨੈਲੀ ਪਿੰਡ ਤੋਂ ਫੋਨ ਨੰਬਰ ਲੈ ਕੇ ਦਿਓ ਵੀ ਉੱਥੇ ਵਾਲੇ ਤੁਹਾਡੇ ਰਿਸ਼ਤੇਦਾਰ ਉਹਨਾਂ ਦਾ ਵੀ ਟੁੱਟਿਆ ਹੋਇਆ ਸੰਪਰਕ ਉਹ ਕਿਸ ਤਰ੍ਹਾਂ ਉਹਨਾਂ ਦਾ ਫੋਨ ਅਤੇ ਫਿਰ ਅਸੀਂ ਕੋਸ਼ਿਸ਼ ਕਰਕੇ ਫੋਨ ਤੁਹਾਨੂੰ ਮਤਲਬ ਤੁਹਾਡਾ ਫੋਨ ਲੈ ਕੇ ਉਹਨਾਂ ਨੂੰ ਦਿੱਤਾ ਸੀ ਉਸ ਤੋਂ ਬਾਅਦ ਫਿਰ ਤੁਹਾਡੀ ਉਹਨਾਂ ਨਾਲ ਗੱਲਬਾਤ ਹੋ ਗਈ ਹਾਂ ਗੱਲਬਾਤ ਹੁੰਦੀ ਰਹੀ ਦੋ ਤਿੰਨ ਦਿਨ ਅੱਛਾ ਮਤਲਬ ਬੜੇ ਉਹ ਵੀ ਖੁਸ਼ ਹੋਏ ਹੋਣਗੇ ਹਾਂ ਸਾਰੇ ਉਹ ਤੁਸੀਂ ਵੀ ਖੁਸ਼ ਹੋਏ ਸਾਡੀਆਂ ਫੋਟੋਆਂ ਉਹਨਾਂ ਨੂੰ ਪਾਤੀਆਂ ਸੀ ਉਹਨਾਂ ਦੀਆਂ ਫੋਟੋ ਸਾਨੂੰ ਪਾਤੀਆਂ ਉਹਨਾਂ ਨੇ ਤਾਂ ਬਰਬਾਦ ਮਤਲਬ 35 ਸਾਲ ਬਾਅਦ ਤੁਹਾਡਾ ਫਿਰ ਰابطਾ ਹੋ ਗਿਆ ਹਾਂ ਰابطਾ ਖੁੱਲ ਗਿਆ ਉਹ ਖੁਸ਼ੀ ਦੀ ਗੱਲ ਹੈ ਹਾਂ ਜੀ ਕਿ ਜੇ ਰਿਸ਼ਤੇਦਾਰਾਂ ਨਾਲ ਰابطਾ ਬੰਦੇ ਦਾ ਹੋ ਜਾਵੇ ਖੁਸ਼ੀ ਦੀ ਗੱਲ ਹੈ ਹਾਂ ਜੀ ਤੇ ਮਤਲਬ ਹੁਣ ਚਲੋ ਵਧੀਆ ਗੱਲ ਹੈ ਹੁਣ ਆਪਸ ਚ ਤੁਸੀਂ ਫੋਨ ਫਾਨ ਤੇ ਰੱਖਿਓ ਤਾਂ ਕਿ ਕੱਲ ਨੂੰ ਆਉਣਾ ਪੈ ਜਾਏ ਕਿਸੇ ਨੂੰ ਜਾਂ ਤੁਹਾਨੂੰ ਜਾਣਾ ਪੈ ਜਾਏ ਹਾਂਜੀ ਫਿਰ ਕਿਰਨ ਰਾਮ ਜੀ ਤੁਸੀਂ ਇਹ ਆਪਣਾ ਕਿਸਾਨਾਂ ਸਾਹਿਬ ਦਾ ਜਾਂ ਜਿਹੜੇ ਵੀ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਜਾਂ ਉਹਨਾਂ ਦਾ ਕੋਈ ਤੁਹਾਡੀ ਗੱਲਬਾਤ ਉਹਨਾਂ ਨੇ ਕਰਾਈ ਹੈ ਉਹਨਾਂ ਦੀ ਕੁਸ਼ਚਨ ਸੁਲਗਾ ਤੁਹਾਡਾ ਦੁਬਾਰਾ ਸੰਪਰਕ ਹੋਇਆ ਤੇ ਕਿਸਾਨਾਂ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਡੇ ਨਾਲ ਮਿਲਾਪ ਕਰਾਇਆ ਜੀ ਗੱਲਬਾਤ ਕਰਾਈ ਹੈ ਉੱਧਰੋਂ ਉੱਧਰ ਹੀ ਸਾਡਾ ਆਉਣਾ ਜਾਣਾ ਖੁੱਲ੍ਹ ਜੂਗਾ ਜੇ ਉਹ ਆਉਣ ਤੋਂ ਅਸੀਂ ਉਹਨਾਂ ਦੀ ਦੇਖਭਾਲ ਪੂਰੀ ਕਰਾਂਗੇ ਸਾਂਭ ਸੰਭਾਲ ਕਰਾਂਗੇ ਇਹ ਜੀ ਕੋਈ ਗੱਲ ਨਹੀਂ ਹੈ ਖਤਰੇ ਵਾਲੀ ਕੋਈ ਗੱਲ ਨਹੀਂ ਹੈਗੀ ਹੁਣ ਕੋਈ ਦਿੱਕਣ ਆਉਣ ਮਰਜ਼ੀ ਇੱਕ ਜਾਣ ਕੋਈ ਉਹ ਜਿਹਾ ਖਤਰੇ ਵਾਲੀ ਗੱਲ ਨਹੀਂ ਹੈਗੀ ਸਾਡੇ ਭਾਈ ਨੇ ਉਹ ਅਸੀਂ ਸਾਂਭ ਸੰਭਾਲ ਉਹਨਾਂ ਦੀ ਕਰਾਂਗੇ ਠੀਕ ਹੈ ਠੀਕ ਹੈ ਅਤੇ ਹਾਂ ਤੁਸੀਂ ਹੁਣ ਸਰਦਾਰ ਜੀ ਦੱਸੋ ਵੀ ਤੁਹਾਡੇ ਇੱਥੋਂ ਤੁਸੀਂ ਦੱਸਿਆ ਵੀ ਤੁਹਾਡੇ ਪਿੰਡ ਤੋਂ ਉੱਥੇ 25 ਚੱਕ ਜ਼ਿਲ੍ਹਾ ਲੈਲਪੁਰ ਦੇ ਵਿੱਚ ਗਏ ਹੋਏ ਸੀ ਆਬਾਦਕਾਰਾਂ ਦੇ ਤੌਰ 'ਤੇ ਗਏ ਹੋਏ ਸੀ ਆਬਾਦ ਕੀਤੀਆਂ ਜ਼ਮੀਨਾਂ ਉੱਥੇ ਅਤੇ ਉੱਥੇ ਕੋਈ ਹੋਣਗੇ ਉੱਥੋਂ ਦੇ ਵਸਿੰਦੇ ਜਿਹੜੇ ਉੱਥੇ ਮੁਸਲਮਾਨ ਵਸਿੰਦੇ ਹੋਣਗੇ 25 ਚੱਕ ਦੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਤਾਂ ਹੁਣ ਐਂ ਆ ਉਹ ਤਾਂ ਉੱਧਰੋਂ ਪਾਕਿਸਤਾਨ ਤੋਂ ਆ ਕੇ ਇੱਥੇ ਸੈਟਲ ਹੋ ਗਏ ਕੋਈ ਤਾਂ ਨਹੀਂ ਉਸ ਪਿੰਡ 'ਚ ਮੁਸਲਮਾਨ ਵੀ ਤਾਂ ਹੋਣਗੇ 25 ਚੱਕ 'ਚ ਕੋਈ ਮੁਸਲਮਾਨ ਵੀ ਤਾਂ ਹੋਣਗੇ ਉੱਥੇ ਪਿੰਡੇ ਇੱਧਰ ਤੋਂ ਜੱਟਾਂ ਸਿੱਖਾਂ ਨੇ ਜਾ ਕੇ ਵਸਾਇਆ ਤਾਂ ਅੱਛਾ ਅੱਛਾ ਉਹ ਜਿਹੜੇ ਮੁਸਲਮਾਨ ਉਹਨਾਂ ਨੇ ਫਿਰ ਕੋਈ ਸੀਰੀ ਰੱਖਿਆ ਕੋਈ ਨੌਕਰ ਰੱਖਿਆ ਉੱਥੇ ਉਹਨਾਂ ਦਾ ਮੈਂ ਨਾਂ ਨਹੀਂ ਜਾਣਦਾ ਅੱਛਾ ਅੱਛਾ ਕਿਉਂਕਿ ਅਸੀਂ ਗਏ ਨਹੀਂ ਉੱਧਰ ਅਸੀਂ ਤਾਂ ਇੱਥੇ ਰਹੇ ਹਾਂ ਉਹ ਹੁਣ ਕੁਛ ਧਨੌਲੇ 'ਚ ਬੈਠੇ ਨੇ ਕੁਛ ਮਨੈਲੇ 'ਚ ਜ਼ਮੀਨਾਂ ਅਲਾਟਮੈਂਟ ਹੋ ਗਈਆਂ ਕੁਛ ਬਸੀ ਗੁਜਰਾਂ 'ਚ ਹੋ ਗਈ ਅਲਾਟਮੈਂਟ ਇੱਕ ਸਾਡਾ ਮਾਸਟਰ ਮੱਘਰ ਸਿੰਘ ਤਾ ਉਹ ਸਰਹੰਦ ਬਸੀ 'ਚ ਹੋ ਗਿਆ ਇਸ ਤਰ੍ਹਾਂ ਕਾਫੀ ਪਿੰਡਾਂ ਦੇ ਵਿੱਚ 25 ਚੱਕ ਤੋਂ ਵੱਖਰੀ ਵੱਖਰੀ ਥਾਵਾਂ ਤੇ ਲੋਕਾਂ ਹਾਂ ਵੱਖਰੇ ਵੱਖਰੇ ਥਾਵਾਂ ਤੇ ਅਲਾਟਮੈਂਟ ਹੋ ਗਈ ਤੇ ਅੱਛਾ ਹੁਣ ਤੁਸੀਂ ਕੋਈ ਆਪਣੇ ਜਿਹੜੇ ਪਿੰਡੋਂ ਤੁਹਾਡੇ ਇੱਥੋਂ ਗੁਜਰ ਬਰਾਦਰੀ ਦੇ ਗਏ ਨੇ ਤੁਹਾਡੇ ਭਰਾ ਉਹਨਾਂ ਨੂੰ ਕੋਈ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਉਹ ਇੱਥੇ ਜੇ ਆਉਂਦੇ ਨੇ ਤਾਂ ਉਹਨਾਂ ਨੂੰ ਕੋਈ ਸੁਨੇਹਾ ਇਹੀ ਹੈ ਵੀ ਉਹਨਾਂ ਦੇ ਪਰਿਵਾਰ ਦੇ ਬੰਦੇ ਇੱਧਰ ਰਹਿੰਦੇ ਹੈ ਅੱਛਾ ਉਹ ਜਦ ਮਰਜ਼ੀ ਆ ਸਕਦੇ ਹੈ ਉਹ ਜਾ ਸਕਦੇ ਹੈ ਅੱਛਾ ਅਸੀਂ ਉਹਨਾਂ ਨੂੰ ਠੀਕ ਸੰਭਾਲ ਕੇ ਰੱਖਾਂਗੇ ਛੱਡ ਕੇ ਆਵਾਂਗੇ ਲੈ ਕੇ ਆਵਾਂਗੇ ਜੇ ਜਦ ਵੀ ਮਰਜ਼ੀ ਆ ਸਕਦੇ ਅੱਛਾ ਮਤਲਬ ਤੁਹਾਨੂੰ ਬੜੀ ਖੁਸ਼ੀ ਹੋਊਗੀ ਜੇ ਬੜੀ ਖੁਸ਼ੀ ਹੋ ਬਿਲਕੁਲ ਤੇ ਤੁਹਾਡੇ ਹਾਣ ਦਾ ਤੇ ਕੋਈ ਸ਼ਾਇਦ ਕੋਈ ਜਿਉਂਦਾ ਹੋਵੇ ਉੱਥੇ ਸਾਡੇ ਹਾਣ ਦਾ ਤਾਂ ਕੋਈ ਹੈ ਨਹੀਂ ਚਲੋ ਉਹਨਾਂ ਦੇ ਬੱਚੇ ਤੇ ਹੋਣਗੇ ਬੱਚੇ ਤੇ ਉਹ ਆਉਣ ਬਿਲਕੁਲ ਉਹ ਵੀ ਬੱਚਿਆਂ ਵਰਗੇ ਨੇ ਆਪਣੇ ਹਾਂਜੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਸਾਰੀ ਜਾਣਕਾਰੀ ਦਿੱਤੀ ਇਹਦੇ ਨਾਲ ਚਲੋ ਸਾਡਾ ਪੰਜਾਬੀਆਂ ਦਾ ਜਿਹੜੇ ਵਿਛੜੇ ਪੰਜਾਬੀ ਨੇ ਉਹਨਾਂ ਦਾ ਮੇਲ ਹੋ ਰਿਹਾ ਇਹ ਚੈਨਲ ਦੇ ਜ਼ਰੀਏ ਅਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਕਰਦਾ ਸਭ ਦਾ ਤੁਹਾਡਾ ਕਿਸਾਨਾਂ ਸਾਹਿਬ ਦਾ ਧੰਨਵਾਦ ਕਰਦਾ